ਅਸਲਾਮੁਆਲਿਕੋ ਮੇਰੇ ਕਾਸ਼ਟਕਰ ਵੀਰੋ ਕੀ ਹਾਲ ਹੈ ਤੁਹਾਡੇ ਉਮੀਦ ਕਰਨਾ ਕਿ ਤੁਸੀਂ ਠੀਕ ਹੋ ਸੋ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਮੈਂ ਵੀ ਠੀਕ ਹਾਂ ਅੱਛਾ ਜੀ ਅੱਜ ਦੀ ਮੇਰੀ ਵੀਡੀਓ ਹੈ ਬਰਾਨੀ ਇਲਾਕਾ ਜਾਦ ਦੇ ਅੰਦਰ ਜਿਹੜੀ ਕਣਕ ਦੀ ਕਾਸ਼ਤ ਹੈ ਸਾਨੂੰ ਕਿਹੜੀ ਕਿਹੜੀ ਵੈਰਾਈਟੀ ਕਾਸ਼ਤ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੇ ਦੋਸਤਾਂ ਵੀਰਾਂਵਾਂ ਦੇ ਮੈਨੂੰ ਕਮੈਂਟ ਆਏ ਮੈਨੂੰ ਮੈਸੇਜ ਆਇਆ ਹੈ ਕਿ ਬਰਾਨੀ ਇਲਾਕਾ ਜਾਦ ਦੇ ਵਿੱਚ ਸਾਨੂੰ ਦੱਸੋ ਕਿ ਅਸੀਂ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਗਵਰਨਮੈਂਟ ਦੀ ਮਨਜ਼ੂਰਸ਼ੁਦਾ ਵੈਰਾਈਟੀਆਂ ਉਹਨਾਂ ਚੋਂ ਅਸੀਂ ਕਿਹੜੀ ਕਿਹੜੀ ਲਾ ਸਕਦੇ ਆ ਇਸ ਬਾਰੇ ਮੈਂ ਵੀਡੀਓ ਬਣਾਇੰਦਾ ਪਿਆ ਇਨਸ਼ਾਅੱਲਾ ਤੁਹਾਡੇ ਨਾਲ ਸਾਰੀ ਗੱਲ ਡਿਟੇਲ ਨਾਲ ਤੁਹਾਨੂੰ ਮੁਕੰਮਲ ਦੱਸੇਨਾ ਕਿ ਆਇਆ ਬਰਾਨੀ ਇਲਾਕਾ ਜਾਤ ਦੇ ਅੰਦਰ ਕਿਹੜੀ ਕਿਹੜੀ ਵੈਰੈਟੀ ਕਣਕ ਦੀ ਲਾਈ ਜਾ ਸਕਦੀ ਹੈ ਵੀਡੀਓ ਤੁਸੀਂ ਮੁਕੰਮਲ ਵਖਣੀ ਇਨਸ਼ਾਅੱਲਾ ਤੁਹਾਡੇ ਨਾਲ ਸਾਰੀ ਗੱਲ ਡਿਟੇਲ ਨਾਲ ਤੁਹਾਨੂੰ ਸਮਝਾਈਨਾ ਤੁਹਾਨੂੰ ਦੱਸਦਾ ਆਪਣਾ ਥੱਲੇ ਵਾਲਾ ਪਾਣੀ ਜਿਹੜਾ ਹੈ ਉਹਨਾਂ ਦੇ ਵਸੈਲ ਹੈ ਥੱਲੇ ਵਾਲੇ ਪਾਣੀ ਦਾ ਚਾਹ ਟੂਵਲ ਦੀ ਸੂਰਤ ਹੈ ਜਾਂ ਜਿਸ ਤਰੀਕੇ ਵੀ ਉਹਨਾਂ ਦਾ ਥੱਲੇ ਵਾਲਾ ਪਾਣੀ ਜਿਹੜਾ ਹੈ ਉਹ ਲੱਗਦਾ ਜ਼ਮੀਨਾਂ ਨੂੰ ਇੱਕ ਇੱਕ ਉਹ ਇਸ਼ੂ ਹੋ ਗਿਆ ਔਰ ਦੂਸਰਾ ਜਿਹੜਾ ਉਹ ਕਿ ਜਿੱਥੇ ਮੁਕੰਮਲ ਹੀ بارش ਫਸਲਾਂ ਹੁੰਦੀਆਂ ਨੇ ਚਾਹੋ ਕਣਕ ਕੇ ਚਾਹ ਜੋ ਵੀ ਦੂਸਰੀਆਂ ਫਸਲਾਂ ਨੇ ਲੇਕਿਨ ਜਿਹੜੀ ਕਣਕ ਦੀ ਕਾਸ਼ਤ ਹੈ ਅਗਰ ਤੁਸੀਂ ਜਿੱਥੇ ਪਾਣੀ ਦਾ ਵਸਾਇਲ ਹੈ ਉੱਤੇ ਤੁਸੀਂ ਕਾਸ਼ਤ ਕਰਨਾ ਚਾਹੁੰਦੇ ਨੇ ਤੇ ਮੇਰੀ ਸਮਝ ਦੇ ਮੁਤਾਬਿਕ ਤੁਸੀਂ ਜਿਹੜੀ ਕਾਸ਼ਤ ਕਰ ਸਕਦੇ ਨੇ ਅਕਬਰ ਔਰ ਫਖਰੇ ਬਖਰ ਠੀਕ ਹੈ ਇਹ ਇਹ ਤੁਸੀਂ ਵੈਰਾਈਟੀਆਂ ਜਿਹੜੀਆਂ ਨੇ ਇਹ ਤੁਸੀਂ ਕਾਸ਼ਤ ਕਰ ਸਕਦੇ ਨੇ ਔਰ ਜਿੱਥੇ ਪਾਣੀ ਦਾ ਵਸਾਇਲ ਨਹੀਂ ਹੈ ਉੱਥੇ ਤੁਸੀਂ ਕਾਸ਼ਤ ਕਰ ਸਕਦੇ ਨੇ ਗਵਰਨਮੈਂਟ ਦੀ ਮਨਜ਼ੂਰ ਸ਼ੁਦਾ ਤੇ ਕਾਫੀ ਸਾਰੀਆਂ ਏਕਸਾਮ ਨੇ ਲੇਕਿਨ ਇੱਕ ਗੱਲ ਮੇਰੀ ਯਾਦ ਰੱਖਣੀ ਹੈ ਕਿ ਬਰਾਨੀ ਇਲਾਕੇ ਦੀ ਜਿਹੜੀ ਵੈਰਾਈਟੀ ਹੈ ਨਾ ਉਹਦੀ ਜਿਹੜੀ ਪੈਦਾਵਾਰ ਹੈ ਉਹ ਬਰਾਨੀ ਇਲਾਕੇ ਦੇ ਵਿੱਚ ਵੀ ਹੁੰਦੀ ਹੈ ਕਿਉਂਕਿ ਵੇਖੋ ਨਾ ਹੁਣ ਕਿ ਇਸਲਾਮਾਬਾਦ ਦੀ ਵੈਰਾਈਟੀ ਹੈ ਉਹ ਤੁਸੀਂ ਜਾ ਕੇ ਰਹਿਮਯਾਰ ਖਾਨ ਯਾ ਬਾਵਲਪੋਰਾ ਵਾਲੀ ਸਾਈਡ ਤੋਂ ਤੁਸੀਂ ਲਗਾ ਦਿੰਦੇ ਨੇ ਕਿਉਂਕਿ ਇਸ ਸਾਈਡ ਔਰ ਆਪਣਾ ਉਹ ਸਾਈਡ ਤੇ ਕਾਫੀ ਵੱਡਾ ਫਰਕ ਹੁੰਦਾ ਹੈ ਉੱਥੇ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਔਰ ਇਸ ਸਾਈਡ ਤੇ ਮੌਸਮ ਇਸ ਤਰ੍ਹਾਂ ਹਾਂ ਦਾ ਇਸ ਤਰ੍ਹਾਂ ਅਗਰ ਬਾਵਲਪੁਰ ਦੀ ਵੈਰਾਈਟੀ ਤੁਸੀਂ ਕਾਸ਼ ਕਰਨਾ ਚਾਹੋ ਕਿ ਅਸੀਂ ਜਾ ਕੇ ਬਰਾਨੇ ਇਲਾਕਾ ਦੇ ਵਿੱਚ ਜਾਂ ਪਿੰਡੀ 라ਵਲ ਪਿੰਡੀ اسلام آباد ਵਾਲੀ ਸਾਈਡ ਦੇ ਅਸੀਂ ਲਾ ਲਈਏ ਤੇ ਉਹਦਾ ਫਿਰ ਰਿਜ਼ਲਟ ਉਹਦੀ ਜਿਹੜੀ ਆਸਟ ਐਵਰੇਜ ਹੈ ਉਹ ਨਹੀਂ ਆਣੀ ਹਮੇਸ਼ਾ ਜਿਹੜੇ ਇਲਾਕੇ ਦੀ ਜਿਹੜੀ ਵੀ ਵੈਰਾਈਟੀ ਹੋਵੇ ਮਕਾਮੀ ਸੀਡ ਤੇ ਅਗਰ ਲਿਆ ਜਾਵੇ ਤੇ ਜਿਹੜੇ ਇਲਾਕੇ ਦੀ ਜਿਹੜੀ ਵੈਰਾਈਟੀ ਹੋਵੇ ਉਹਨੂੰ ਕਾਸ਼ਤ ਉੱਥੇ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਫੀਲਡ ਉਸੇ ਜਗ੍ਹਾ ਤੇ ਹੁੰਦਾ ਉਸੇ ਜਗ੍ਹਾ ਤੇ ਉਹਨਾਂ ਦੀ ਸਾਰਾ ਆਪਣਾ ਜਿਹੜੀ ਵੈਰਾਈਟੀ ਤਿਆਰ ਹੁੰਦੀ ਹੈ ਫਿਰ ਉਹਦੇ ਅੰਦਰ ਜਿੰਨੀ ਵੀ ਬਰਦਾਸ਼ਤ ਹੁੰਦੀ ਹੈ ਸਰਦੀ ਸ ਆਪਣਾ ਬਰਦਾਸ਼ਤ ਕਰਨ ਦੀ ਜਾਂ ਗਰਮੀ ਬਰਦਾਸ਼ਤ ਕਰਨ ਦੀ ਸਲਾਇਤ ਉਹਨਾਂ ਬਿਆਂ ਦੇ ਅੰਦਰ ਮੌਜੂਦ ਹੁੰਦੀ ਹੈ ਇਸ ਵਾਸਤੇ ਜਿਹੜਾ ਬਰਾਨੀ ਇਲਾਕੇ ਦੀਆਂ ਜਿਹੜੀਆਂ ਵੈਰਾਈਟੀਆਂ ਹਨ ਉਹ ਤੁਸੀਂ ਬਰਾਨੀ ਇਲਾਕੇ ਦੇ ਵਿੱਚ ਲਾ ਕੇ ਆਪਣੀ ਅੱਛੀ ਪੈਦਾਵਾਰ ਲਾ ਸਕਦੇ ਨੇ ਬਰਾਨੀ ਇਲਾਕੇ ਦੇ ਵਿੱਚ ਤੁਸੀਂ ਵੈਰਾਈਟੀਆਂ ਤੁਸੀਂ ਲਾ ਸਕਦੇ ਨੇ ਪਾਕਿਸਤਾਨ 13 ਤੁਸੀਂ ਲਾ ਸਕਦੇ ਨੇ ਐਸ ਵੈਰਾਈਟੀ ਹੈ ਉਹ ਤੁਸੀਂ ਲਾ ਸਕਦੇ ਨੇ ਫਿਰ ਤੁਸੀਂ ਅਰੂਜ ਲਾ ਸਕਦੇ ਨੇ ਉਸ ਤੋਂ ਇਲਾਵਾ ਹੋਰ ਵੀ ਕਾਫੀ ਬੇਸ਼ੁਮਾਰ ਵੈਰਾਈਟੀਆਂ ਨੇ ਬਰਾਨੀ 17 ਉਹ ਤੁਸੀਂ ਲਾ ਸਕਦੇ ਨੇ ਨਿਸ਼ਾਨ 16 ਉਹ ਤੁਸੀਂ ਲਾ ਸਕਦੇ ਨੇ ਹੋਰ ਵੀ ਕਾਫੀ ਸਾਰੀਆਂ ਵੈਰਾਈਟੀਆਂ ਐਸੀਆਂ ਨੇ ਕਿ ਜਿਹੜੀਆਂ ਤੁਸੀਂ ਬਰਾਨੀ ਇਲਾਕੇ ਦੇ ਵਿੱਚ ਲਾ ਕੇ ਔਰ ਆਪਣੀ ਅੱਛੀ ਪੈਦਾਵਾਰ ਲਾ ਸਕਦੇ ਨੇ ਕਿ ਤੁਸੀਂ ਜਿਹੜੀਆਂ ਇਹ ਵੈਰਾਈਟੀਆਂ ਲਾਣੀਆਂ ਨੇ ਅਗਰ ਨਵੰਬਰ ਨਵੰਬਰ ਦੇ ਅੰਦਰ ਅੰਦਰ ਤੁਸੀਂ ਲਾਣੀਆਂ ਨੇ ਅਕਤੂਬਰ ਦੀ ਐਂਡ ਤੋਂ ਲੈ ਕੇ ਨਵੰਬਰ ਦੀ 20 ਤਰੀਕ ਤੱਕ ਜਿਹੜੀਆਂ ਵੈਰਾਈਟੀਆਂ ਤੁਸੀਂ ਲਾਣੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਜਿਹੜਾ 20 ਦਾ ਆਪਣਾ ਉਹ ਤੁਸੀਂ 40 ਕਿਲੋ ਤੋਂ 50 ਕਿਲੋ ਦੇ ਅੰਦਰ ਇਸਤੇਮਾਲ ਕਰਨਾ ਅਗਰ ਪਛੇਈ ਕਾਸ਼ਤੇ ਤੁਸੀਂ ਲੈਂਦੇ ਨੇ ਤੇ ਫਿਰ ਤੁਹਾਨੂੰ ਜਾ ਕੇ 55 ਕਿਲੋ ਤੋਂ 60 ਕਿਲੋ ਜਿਹੜਾ ਹੈ ਵੀ ਇਸਤੇਮਾਲ ਕਰਨਾ ਪੂਸੀ ਇਹ ਮੇਰੀ ਅੱਜ ਦੀ ਵੀਡੀਓ ਹੈ ਇਹ ਮੇਰਾ ਅੱਜ ਦਾ ਪੈਗਾਮ ਹੈ ਉਮੀਦ ਕਰਨਾ ਕਿ ਮੇਰੀ ਇਹ ਗੱਲ ਮੇਰੀ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚੇ ਔਰ ਤੁਸੀਂ ਇਸ ਮੇਰੀ ਗੱਲ ਤੋਂ ਫਾਇਦਾ ਹਾਸਿਲ ਕਰਕੇ ਆਪਣੀ ਫਸਲਾਂ ਦੀ پیداوار ਔਰ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਇਹ ਵੈਰਾਈਆਂ ਤੁਸੀਂ ਕਾਸ਼ ਕਰਕੇ ਆਪਣੀ ਗੰਧਮ ਦੀ پیداوار ਜ਼ਿਆਦਾ ਤੋਂ ਜ਼ਿਆਦਾ ਲਾ ਲੈਸੋ ਇਨਸ਼ਾਅੱਲਾ ਤੇ ਆਪਾਂ ਮਿਲਦੇ ਆਂ ਕਿਸੇ ਤਰ੍ਹਾਂ ਦੀ ਨਵੀਂ ਮੀੜੀ ਦੇ ਵਿੱਚ ਉਦੋਂ ਤੱਕ ਅੱਲਾਹ ਫੇ